श्रोमणी अकाली दल दे दाखा तो उम्मीदवार मनप्रीत सिंह इलाई ने फेसबुक ते लाइव होके कांग्रेसी उम्मीदवार कैप्टन संधु ते चोणां च धक्केशाही करन दे इल्जाम लगाए सी, जिसका कैप्टन संदीप सिंह संधु ने मूंह तोड़ जवाब दंदिया अकाली दल ते जम के निशाने साधे ते नाल ही प्यो प्यो शब्दी चपेड़ां भी मारियां। देखो देखो लाइव होना ता हक दा हक है, उदों कहना धक्केशाही दा रोप लग रहा था, कल भी खड़े ता चौक दे विच सी, धक्के नाल घर ओह रोक रहे है, ओह आप कह रहे है कि मैं अगों दी होके ब्रेकां मार के गड्डी रुकवाई, ये ट्रैफिक दे किहड़े नियम ओह पालना कर रहे सी जदों उन्होंने इस तरीके नाल गड्डी रुकवाई, फिर 25 मिनट उत्थे ओह 15 मिनट जिहड़े भी 10 मिनट ओह आपदे जिहड़े एक एक सियासत दा जिहड़ा फायदा लाहा लैणा हुंदा किसी गल दा ओह लै रहे है, ट्रैफिक डिसरप्ट करता है। ठीक है जी, तुसीं खड़े हो चौंक दे विचाले खड़े हो, तुसीं तां सारा कुछ छिक्के ते टंगता है, इहदे बारे कौन रिस्पोंसिबिलिटी लऊगा। चलो उस तों बाद जदों कोई कांग्रेस दा साडा यूथ नेता कमलजीत बराड उत्थे पहुँचदा ओह क्योंकि जा रहा वापस, ਉਹ ਉਹਨੂੰ ਕਹਿੰਦਾ ਭਾਈ ਤੂੰ ਵੀ ਮੇਰੀਆਂ 3 ਗੱਲਾਂ ਦਾ ਜਵਾਬ ਦੇ ਦੇ, ਉਹ ਸਾਨੂੰ ਜਵਾਬ ਨਹੀਂ ਆਉਂਦਾ, ਫਿਰ ਅਸੀਂ ਆਪਦੀ ਗੱਡੀ 'ਚ ਮੁਰਦਾਬਾਦ ਕਰਕੇ ਚਲੇ ਜਾਂਦੇ ਹਾਂ। ਇਹ ਕਿੰਨਾ ਇਸ 'ਚ ਕਿੰਨੀ ਕੁ ਮਤਲਬ ਇਹਦਾ ਚੋਣ ਪ੍ਰਕਿਰਿਆ ਨੂੰ ਕੀ ਫਾਇਦਾ ਹੁੰਦਾ ਇਸ ਗੱਲਾਂ ਦਾ? ਮੈਂ ਮਹਿਸੂਸ ਕਰਦਾ ਇਹੋ ਜਿਹੇ ਮੌਕੇ ਤਾਂ ਮੈਨੂੰ ਰੋਜ਼ ਮਿਲ ਸਕਦੇ ਸੀ, ਪਰ ਮੈਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹੀ ਗੱਲ ਰੱਖੀ ਹੈ ਕਿ ਇਸ ਮੁੱਦੇ ਨਾਲ ਹਲਕੇ ਦਾ ਵਿਕਾਸ ਵਾਲੀ ਗੱਲ ਜਾਂ ਦਾਖੇ ਦੇ ਲੋਕਾਂ ਲਈ ਕੋਈ ਸੋਚ, ਇਹ ਦੋਨੋਂ 'ਚ ਦਿਸਦੀ ਨਹੀਂ। ਅੱਜ ਤੁਸੀਂ ਲਾਈਵ ਕਰ ਰਹੇ ਹੋ ਵੀਡੀਓ ਕਿ ਸਾਡਾ ਬੰਦਾ ਫੜਿਆ ਜਾ ਰਿਹਾ, ਪੂਰੀ ਸਾਹਿਬ ਅਸੀਂ ਐਲਾਨ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਕੋਈ ਇਹੋ ਜਿਹੀ ਗੱਲ ਹੋਵੇ ਮੈਨੂੰ ਬੁਲਾਓ, ਮੈਂ ਹਾਜ਼ਰ ਹੁੰਦਾ। ਚੰਗੀ ਗੱਲ ਹੈ, ਕੋਈ ਵਰਕਰ ਦੇ ਆਵੇ ਇਹੋ ਜਿਹਾ ਟਾਈਮ ਤਾਂ ਖੜਨਾ ਚਾਹੀਦਾ ਲੀਡਰ ਨੂੰ, ਅਤੇ ਕੱਲ੍ਹ ਆਪਾਂ ਬਿਆਨ ਦਿੰਦੇ ਹਾਂ ਸਾਡੇ ਵਰਕਰਾਂ ਨੂੰ ਜੇ ਗੋਲੀ ਮਾਰਨੀ ਹੈ 1 ਤਰੀਕ ਤੋਂ ਬਾਅਦ ਮਾਰ ਦੇਣਾ, ਭਾਈ ਵਰਕਰ ਗੋਲੀਆਂ ਮਰਾਉਣ ਲਈ ਥੋੜ੍ਹੀ ਰੱਖਿਆ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਵਰਕਰ ਤਾਂ ਇੱਕ ਆਪਦੀ ਡਿਊਟੀ ਕਰ ਰਿਹਾ, ਇੱਕ ਪਾਰਟੀ ਨਾਲ ਜੁੜ ਕੇ ਜੋ ਉਹਦੀ ਇੱਕ ਇਲੈਕਸ਼ਨਾਂ ਦੌਰਾਨ ਇੱਕ ਕੰਮ ਕਰਨ ਦੀ ਸਮਰੱਥਾ ਹੁੰਦੀ ਉਹ ਕਰ ਰਿਹਾ, ਉਸ ਲਈ ਤੁਸੀਂ ਆਪ ਹੀ ਤੁਹਾਡੇ ਸ਼ਬਦਾਵਲੀ ਤੁਸੀਂ ਦੇਖ ਲਓ ਕਿਸ ਕਿਸਮ ਦੀ ਹੈ, ਹੋਰ ਇਸ ਤੋਂ ਵੱਧ ਮੈਂ ਕੀ ਕਹਾਂ ਉਹਦੇ ਬਾਰੇ। ਜਿਹੜੇ ਰਾਤੀ ਜਿਹੜੇ ਕਹਿੰਦੇ ਕਿ ਬੌਂਸਰ ਜਿਹੜੇ ਆਏ ਆ ਜਿਹੜੇ ਉਹ ਲਾਈਵ ਹੋ ਕੇ ਦਿਖਾਉਂਦੇ ਪਏ, ਬੌਂਸਰ ਦਿੱਲੀ ਤੋਂ ਆਏ ਨੇ ਅਤੇ ਨਾਲ ਹੀ ਜਿਹੜੇ ਪੁਲਿਸ ਵਾਲੇ ਉਹ ਵੀ ਬਾਹਰੋਂ ਆ ਕੇ ਇੱਥੇ ਮਤਲਬ ਕਿ ਧੱਕੇ ਨਾਲ ਵੋਟਾਂ ਪਾ। ਦੇਖੋ ਇਹ ਇਸ ਤਰ੍ਹਾਂ ਇਹਨਾਂ ਨੇ ਨਾ ਜੀ 10 ਸਾਲ ਕੀਤੇ ਆ ਬੜੇ ਧੱਕੇ, ਇਹਨਾਂ ਨੇ ਕੁੱਟੇ ਆ, ਸੁੱਟੇ ਆ, ਪਰਚੇ ਕੀਤੇ ਆ, ਲੱਤਾਂ ਥਲੋਂ ਦੀ ਕੱਢ ਕੇ ਬੰਦਿਆਂ ਨੂੰ ਇਹਨਾਂ ਨੇ ਬੇਇੱਜ਼ਤ ਕੀਤਾ, 10 ਸਾਲ ਇਹਨਾਂ ਨੇ ਇਸ ਕਿਸਮ ਦਾ ਰਾਜ ਚਲਾਇਆ, ਸੋਚ 25 ਸਾਲ ਦੀ ਸੀ ਵੀ ਅਸੀਂ 25 ਸਾਲ ਰਾਜ ਕਰਨਾ ਹੈ, ਉਹ ਹੁਣ ਹੋਰ ਵਕਫਾ ਪੈ ਗਿਆ ਉਹਦੇ ਵਿੱਚ, ਕਦੋਂ ਵਾਰੀ ਆਉਣੀ ਹੈ ਪਤਾ ਨਹੀਂ, 2.5 ਸਾਲ ਸਰਕਾਰ ਇਹਨਾਂ ਦੀ ਗਈ ਨੂੰ ਹੋ ਗਈ ਹੈ, ਹਜੇ ਉਸੇ ਸੋਚ 'ਚ ਹੀ ਬੈਠੇ ਹੈ। ਸੋ ਇਹ ਇਲਜ਼ਾਮ ਲਾ ਰਹੇ ਆ, ਕੱਲ੍ਹ ਜਿਸ ਤਰੀਕੇ ਨਾਲ SSP ਨਾਲ ਪੇਸ਼ ਕਰ ਰਹੇ ਸੀ ਉਹ ਇਲਜ਼ਾਮ ਸੀ ਜੀ, ਸ਼ਰਿਆਂ ਤੁਸੀਂ ਜਿਹੜਾ ਆਫਿਸਰ ਔਨ ਡਿਊਟੀ ਆ ਉਹਨੂੰ ਤੁਸੀਂ ਇੰਟੀਮੀਡੇਟ ਕਰ ਰਹੇ ਹੋ, ਉਹਨੂੰ ਤੁਸੀਂ ਉਸ 'ਤੇ ਇੱਕ ਰੋਹ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇਹਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ, ਇਹ ਸਮਾਂ ਲੰਘ ਗਿਆ, ਇਹ ਹੁਣ ਸਮਾਂ ਮੁੜ ਨਹੀਂ ਆਉਣਾ। ਤੁਸੀਂ ਇਹੋ ਜਿਹੇ ਰੌਲੇ ਉੱਦਣ ਪਾਉਂਦੇ ਜਿੱਦਣ ਉਹ ਵਿਚਾਰਾ ASI ਸੀ ਜੀ, ਕਿੱਥੇ ਸੀ? ਤਰਨ ਤਾਰਨ ਸੀ, ਆਪਦੀ ਬੇਟੀ ਨੂੰ ਬਚਾ ਰਿਹਾ ਸੀ ਜੀ, ਕੀ ਕੀਤਾ ਸੀ ਜੀ ਉਦੋਂ ਇਹਨਾਂ ਨੇ, ਕੀ ਕੀਤਾ ਸੀ ਜਦੋਂ ਇਹਨਾਂ ਦੀਆਂ ਫੋਟੋਆਂ ਡਰੱਗ ਸਮਗਲਰਸ ਨਾਲ ਪ੍ਰਕਾਸ਼ਿਤ ਹੋਈਆਂ ਸੀ, ਉਦੋਂ ਕੀ ਕੀਤਾ ਸੀ ਇਹਨਾਂ ਨੇ? ਜਿਹੜਾ ਅੰਮ੍ਰਿਤਸਰ ਦਾ ਕਿਹੜਾ ਪਿੰਡ ਹੈ, ਮਕਬੂਲਪੁਰ, ਜਿੱਥੇ ਕੋਈ ਹੈ ਹੀ ਨਹੀਂ ਜੀ, ਕਹਿੰਦੇ ਬੱਚੇ ਖਤਮ ਹੋ ਗਏ ਆ, ਵਿਧਵਾ ਹੀ ਰਹਿੰਦੀਆਂ। ਮੈਂ 14 ਦਾ ਮੇਰਾ ਇਹ ਉਹਨਾਂ ਨਾਲ ਜਦੋਂ ਉੱਥੇ CM ਸਾਹਿਬ ਦੀ ਇਲੈਕਸ਼ਨ ਸੀ, ਇਹ ਉਹਨਾਂ ਦੇ ਸਮਾਂ ਸੀ, ਕੀ ਕੀਤਾ ਉਦੋਂ ਇਹਨਾਂ ਨੇ? ਅੱਜ ਇਹਨਾਂ ਨੂੰ ਬਹੁਤ ਗੱਲਾਂ ਯਾਦ ਆ ਰਹੀਆਂ। ਅੱਛਾ ਫਿਰ ਦੇਖੋ ਸਾਰਾ ਕੁਛ ਸ਼ਾਂਤਮਈ ਢੰਗ ਨਾਲ ਹੋ ਰਿਹਾ। ਮੈਂ ਹੁਣੇ ਕਿਸੇ ਮੈਨੂੰ ਸਵਾਲ ਕਿਸੇ ਨੇ ਪੁੱਛਿਆ ਸੀ, ਮੈਂ ਕਿਹਾ ਕਿਤੇ ਕੋਈ ਗੋਲੀ ਚੱਲੀ, ਕਿਤੇ ਕੋਈ ਲੜਾਈ ਲੜੀ, ਕੁਛ ਹੋਵੇ ਤਾਂ ਸਹੀ। ਇਹ ਇਲਜ਼ਾਮਾਤ ਇੱਕ ਜਿਹਨੂੰ ਕਹਿੰਦੇ ਹੁਣ, ਕਿਉਂਕਿ ਪ੍ਰੈਸ ਵੀ ਸਮਝ ਗਈ ਹੈ, ਤੁਸੀਂ ਵੀ ਉਹ ਚੀਜ਼ ਪ੍ਰਕਾਸ਼ਿਤ ਕਰੋਗੇ ਜਿਸ 'ਚ ਸੱਚਾਈ ਹੋਊਗੀ। ਹੁਣ ਉਹਨਾਂ ਨੇ ਆਹ ਲੱਭ ਲਿਆ ਵੀ ਹੋਰ ਤਾਂ ਕੋਈ ਲਿਖਦਾ ਨਹੀਂ, ਚਲੋ ਆਪ ਹੀ ਫੇਸਬੁੱਕ 'ਤੇ ਲਾਈਵ ਹੋ ਜਾਓ, ਆਪਣਾ ਆਪ ਹੀ ਸ਼ੁਰੂ ਕਰ ਦਿਓ ਆਪਣੀ ਜੋ ਕਰਨੀ ਹੈਗੀ ਹੈ। ਮੈਂ ਤਾਂ ਇਨਫੈਕਟ ਲੋਕਾਂ ਨੂੰ, ਦਾਖੇ ਦੇ ਲੋਕਾਂ ਦਾ ਧੰਨਵਾਦ ਕਰਦਾ, ਵੋਟਰਾਂ ਦਾ ਧੰਨਵਾਦ ਕਰਦਾ ਕਿ ਇਸ ਤਰੀਕੇ ਨਾਲ ਉਹਨਾਂ ਨੇ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਲੈਕਸ਼ਨ ਲੜੀ ਹੈ ਜਾਂ ਲੜ ਰਹੀ ਹੈ ਸਭ ਨੂੰ ਬੋਲਣ ਦਾ ਮੌਕਾ ਮਿਲਿਆ, ਕਿਸੇ ਦੀ ਕੋਈ ਚੋਣ ਰੈਲੀ ਦੇ ਵਿੱਚ ਕਿਸੇ ਦਾ ਕੋਈ ਪੰਗਾ ਨਹੀਂ ਪਿਆ, ਕਿਸੇ ਵੀ ਪਾਰਟੀ ਦਾ, ਆਪ ਦਾ ਲੈ ਲਓ, ਲੈਟਰ ਬਾਕਸ ਵਾਲਿਆਂ ਦਾ ਲੈ ਲਓ, ਕਿਸੇ ਦਾ ਵੀ ਲੈ ਲਓ, ਇਸ ਤੋਂ ਵੱਧ ਹੋਰ ਸ਼ਾਂਤਮਈ ਤਰੀਕਾ ਕੀ ਹੋ ਸਕਦਾ ਹੈ? ਉੱਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਇੱਕ ਵਾਰ ਫਿਰ ਅਕਾਲੀ ਦਲ ਦੀ ਲੀਡਰਸ਼ਿਪ ਮੁੱਖ ਚੋਣ ਕਮਿਸ਼ਨ ਕੋਲ ਪਹੁੰਚੀ ਤੇ ਮੰਗ ਪੱਤਰ ਸੌਂਪਿਆ। ਇਸ ਮੌਕੇ ਚੀਮਾ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਾਂਗਰਸ ਤੇ ਕਈ ਤਿੱਖੇ ਸ਼ਬਦੀ ਵਾਰ ਕੀਤੇ। ਦੇਖੋ ਦੇਖੋ ਗੱਲ ਇਹ ਹੈ ਕਿ ਇਸੇ ਇਲੈਕਸ਼ਨ ਦੇ ਵਿੱਚ ਮੇਰੇ ਖਿਆਲ ਸਾਨੂੰ ਤੀਜੀ ਵਾਰੀ
चीफ इलैक्टोरल ऑफिसर को चल के आना पाया तो दाखा दे टोटल लॉलेसनेस है। दाखा दे कल असी एस एस पी साहब नूं भी मिले सी। ये पहली बार है कि सानू इलैक्शन कमीशन नूं एक नवी मंग इलैक्शन कमीशन अगे रखी रखनी पई है। पहले तो हमेशा असी मंग रखते होंगे सी इलैक्शन कमीशन को पैरामिलिट्री फोर्स लाओ वध फोर्स लाओ तो फिर इलैक्शन ठीक होएगी। अज असी ये मंग की है कि जी इलीगल फोर्स उत्थे इन्नी वड़ गई है वह कढ़ो कि सारे जिले की फोर्स विच अफसर यूनिफॉर्म के बिना यूनिफॉर्म तो नाल बाउंसर पिंड वंड दिते आ उन्हां नूं ते वह गड्डियां लैके विच पुलिस उन्हां नूं पैट्रोनेज दे रही है नाल बाउंसर लगे आ ते 40-40, 50-50 बंदे जिहड़े आ अकाली साडे सरपंच साहिबान साबका सरपंच जथेदार साहिबान उन्हां दे घरां दे विच दहशत पाउण वास्ते कंधा टप टप के रेड कर रहे आ किसी ना किसी बहाने। इस करके असी इलैक्शन कमीशन को कहा कि पहली तो तुहानूं बेनती है कि उत्थे पुलिस इन्नी वड़ गई है कब्जे कराने वास्ते उस पुलिस नूं सारी नूं अपनी नूं तुहाडी स्टेट की पुलिस है दूजे जिलों की पुलिस है उन्हूं उत्थों हल्के चो बाहर कढ़ो तो उत्थे पैरामिलिट्री फोर्सेज लाओ। एक जिहड़े एस एस पी साहब है लुधियाना रूरल दे टोटल फेलर मैं कह सकदा कोई उन्होंने हाथ के इस वे कंट्रोल नहीं है क्योंकि कई जिले की पुलिस बढ़ गई वो टोटल उत्थे जो मिले भी असी कल तो लगता कि ही टोटली हेल्पलैस कोई कमांड नहीं है। असी इन्हों बेनती की है कि कोई आई जी लैवल का सीनियर अफसर जरा इमीजिएटली कमांड दो जो लोगों को लगे तो सही कि उत्थे रूल ऑफ लॉ है उत्थे रूल ऑफ लॉ ना की चीज़ ही कोई नहीं खत्म है। एस एस पी जरा हाथ जोड़ के बैठा उन्होंने पता नहीं लगता कि कौन किधरों आ के किनू चुक के लै गया उस स्पष्टीकरण देने वास्ते ही सिर्फ एस एस पी उत्थे बैठा भी मैं पता करदा जी किधरों आ गया जी कौन आ गया जी इधर की पुलिस होनी है जी दूजे पासे की पुलिस होनी है जी। एक तो यह असी बेनती सानू उन्होंने अशोर किया असी देखते हैं शाम तक की होंगे कि इस तरह फ्री एंड फेयर इलैक्शन नहीं। एक सानू इनफॉर्मेशन मिली सी कि मॉक पोलिंग के बहाने ये प्लैनिंग की जा रही है कि सवेरे जो मॉक पोलिंग होनी है उदों विरोधी पार्टियां के जिहड़े पोलिंग एजेंट है उन्होंने रोक लो तो उदों ही 25-25, 30-30, 40-40 जिन्नियां पैंदियां वोटां पा के सील करन तों पहला पा लो। वह भी असी उन्हां दे ध्यान दे विच लिआंदा दाखा दे जिहड़े लुधियाने दे डिप्टी कमिश्नर नूं ते उन्होंने साडे सामने टैलीफोन करके तो उहदे ध्यान च भी लिया दिता। बाकी थावां ते भी सानूं इह इनफॉर्मेशन मिली सी कि इह प्लैनिंग हो रही है कि जे बाद दे विच मौका ना लगे तो सवेरे जिहड़े आ सब तों पहलां उदों दूजिआं दे पोलिंग एजेंट वड़न तों पहलां ही उन्हां नूं वड़न ना दिओ किसे तरीके रोक लो तो उत्थे तुसीं मॉक पोलिंग दे विच जाली वोटां पा लो वह खदशा भी असी उन्हां दे सामने जिहड़ा वह लिआंदा। एक पैरामिलिट्री फोर्सिस वध होण एक वीडियोग्राफी जिहड़ी है बाहर भी की जाए वह उन्होंने सानूं शोर किया कि पोलिंग बूथ के अंदर भी वीडियोग्राफी करांगे पोलिंग बूथ के बाहर भी जिहड़ी है वीडियोग्राफी करांगे। चकदे टीवी नाल जुड़े रहन लई साडा चैनल सबसक्राइब करो वीडियो सब तो पहला देखने लई बैल आइकन ते क्लिक करना ना भुल्यो।